ਸ਼ੁਭਕਰਨ ਸਿੰਘ ਦੀ ਇਸ ਵਕਤ ਅਸੀਂ ਟਰਾਲੀ ਦੇ ਮੂਹਰੇ ਖੜੇ ਹਾਂ। ਇਹ ਸ਼ੁਭਕਰਨ ਸਿੰਘ ਦਾ ਟਰੈਕਟਰ ਹੈਗਾ, ਤੁਸੀਂ ਦੇਖ ਸਕਦੇ ਹੋ ਸਵਰਾਜ 735 FE। ਉਹ ਸ਼ੁਭਕਰਨ ਦੀ ਕਿੱਟ ਪਈ ਆ ਬਲੈਕ ਜੀ ਇਹ ਟਰਾਲੀ ਦੇ ਵਿੱਚ। ਜੋ ਇਹ ਸ਼ੁਭਕਰਨ ਸਿੰਘ ਦੀ ਕਿੱਟ ਹੈ, ਇਹ ਇਸ ਦੇ ਵਿੱਚ ਜਿਹੜਾ ਉਸਦਾ ਸਮਾਨ ਹੈ ਕੱਪੜੇ ਨੇ, ਸੋ ਬਾਪੂ ਜੀ ਵੀ ਦਿਖਾ ਰਹੇ ਨੇ। ਰਹਿ ਗਏ ਜੀ ਉਹਦੇ ਮੋਰਚੇ ਦੇ ਵਿੱਚ ਇੱਥੇ ਜੀ, ਆਪੋ ਸ਼ਹੀਦ ਹੋ ਕੇ ਚਲਾ ਗਿਆ। ਖਨੌਰੀ ਬਾਰਡਰ ਤੇ ਕਿਸਾਨੀ ਅੰਦੋਲਨ 2 ਦੇ ਘੋਲ ਦੌਰਾਨ 21 ਸਾਲਾਂ ਦੇ ਨੌਜਵਾਨ ਸ਼ੁਭਕਰਨ ਸਿੰਘ ਜਿਹੜਾ ਹੈਗਾ ਸ਼ਹੀਦ ਹੋ ਜਾਂਦਾ ਹੈ। ਸੋ ਉੱਥੇ ਹੀ ਕਿਸਾਨ ਵੀਰਾਂ ਦੇ ਵਿੱਚ ਕਾਫੀ ਰੋਸ ਦੀ ਲਹਿਰ ਦੇਖਣ ਨੂੰ ਮਿਲੀ ਹੈ ਤੇ ਕਾਫੀ ਅਫਸੋਸ ਦਿੱਤਾ ਜਾ ਰਿਹਾ। ਮਾਹੌਲ ਵੀ ਜਿਹੜਾ ਬਾਰਡਰ ਦਾ ਹੈਗਾ ਉਹ ਗਮਗੀਨ ਪਾਇਆ ਜਾ ਰਿਹਾ। ਸੋ ਉੱਥੇ ਹੀ ਅਸੀਂ ਸ਼ੁਭਕਰਨ ਸਿੰਘ ਦੀ ਇਸ ਵਕਤ ਅਸੀਂ ਟਰਾਲੀ ਦੇ ਮੂਹਰੇ ਖੜੇ ਹਾਂ। ਇਹ ਸ਼ੁਭਕਰਨ ਸਿੰਘ ਦਾ ਟਰੈਕਟਰ ਹੈਗਾ, ਤੁਸੀਂ ਦੇਖ ਸਕਦੇ ਹੋ ਸਵਰਾਜ 735 FE। ਸੋ ਅੱਗੇ ਟਰਾਲੀ ਦੀ ਤਸਵੀਰਾਂ ਵੀ ਦਿਖਾਉਂਦੇ ਹਾਂ ਤੇ ਉਹਨਾਂ ਦੇ ਸਾਥੀ ਵੀ ਇੱਥੇ ਬੈਠੇ ਨੇ। ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦਾ ਸੁਭਾਅ ਸੀ ਇਸ ਨੌਜਵਾਨ ਦਾ। ਸੋ ਜਿਹੜੇ ਆਖਰੀ ਸਮੇਂ ਚ ਉਹਨਾਂ ਨਾਲ ਰਹੇ ਸੀਗੇ ਉਹਨਾਂ ਦੇ ਸਾਥੀ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਬੱਚੇ ਨੇ ਸ਼ਹਾਦਤ ਪਾਈ, 21 ਸਾਲਾਂ ਦਾ ਨੌਜਵਾਨ। ਹਾਂਜੀ, ਬਹੁਤ ਮਾੜਾ ਹੋਇਆ ਜੀ, ਬਹੁਤ ਮਾੜਾ ਹੋਇਆ ਸੀ ਵਿਚਾਰਾ। ਗਰੀਬ ਘਰ ਸੀ ਵਿਚਾਰਿਆਂ ਦਾ, ਬਹੁਤ ਮਾੜਾ ਹੋਇਆ ਜੀ। ਦੋ ਭੈਣਾਂ ਦਾ ਭਰਾ ਸੀਗਾ ਜੀ, ਛੋਟਾ ਜ਼ਿੰਮੇਦਾਰ ਸੀਗਾ ਜੀ, ਬਹੁਤ ਮਾੜਾ ਹੋਇਆ ਜੀ। ਹੁਣ ਤੁਸੀਂ ਇੱਥੇ ਉਹਨਾਂ ਦੀ ਟਰਾਲੀ ਦੀ ਰਾਖੀ ਕਰ ਰਹੇ ਹੋ ਉੱਥੇ? ਹਾਂਜੀ, ਉਹਨੂੰ ਰਾਖੀ ਕਰ ਰਹੇ ਹਾਂ ਜੀ, ਫਾਜ਼ਿਲਕਾ ਜ਼ਿਲ੍ਹਾ ਤੋਂ ਆਈਆਂ ਸੀ ਜੀ। ਜ਼ਿਲ੍ਹਾ ਫਾਜ਼ਿਲਕਾ? ਹਾਂਜੀ, ਠੀਕ ਹੈ ਠੀਕ ਹੈ। ਸੋ ਇੱਕ ਵਾਰੀ ਅਸੀਂ ਟਰਾਲੀ ਦੀ ਵੀ ਤਸਵੀਰ ਦਿਖਾ ਦਿੰਦੇ ਹਾਂ ਮੇਰੇ ਸਹਿਯੋਗੀਆਂ ਨੂੰ, ਮੈਂ ਕਹਾਂਗਾ। ਹਾਂਜੀ ਤੁਸੀਂ, ਹਾਂ ਵੀਰ ਜੀ ਕੀ ਕਹਿ ਰਹੇ ਹੋ ਤੁਸੀਂ? ਸੁਖਦੀਪ ਸਿੰਘ ਜੀ, ਰਾਮਪੁਰਾ ਪਿੰਡ, ਮੇਰਾ ਪਿੰਡ ਵੱਲੋ ਪਿੰਡ ਦੇ ਨਜ਼ਦੀਕ ਹੀ ਆ, ਮੇਰੇ ਨਾਨਕੇ ਪਿੰਡ ਆ ਜੀ ਵੱਲੋ। ਉਹ ਸ਼ੁਭਕਰਨ ਦੀ ਕਿੱਟ ਪਈ ਆ ਬਲੈਕ ਜੀ ਇਹ ਟਰਾਲੀ ਦੇ ਵਿੱਚ। ਦਿਖਾ ਦੋਗੇ ਸਾਨੂੰ, ਦਰਸ਼ਨ ਕਰਾ ਦੋਗੇ ਕਿੱਥੋਂ? ਉਹ ਸ਼ੁਭਕਰਨ ਦੀ ਕਿੱਟ ਆ ਜੀ। ਜਿਹੜਾ ਸ਼ੁਭਕਰਨ ਆਇਆ ਸੀ ਹੋਰ ਨਾਲ, ਉਹਦੇ ਦੋਸਤ ਵੀ ਆਏ ਸੀ ਨਾਲ? ਉਹਦੇ ਨਾਲ ਦੋਸਤ ਸੀ ਉਹਦੇ ਜੀ। ਉਹ ਕਿਵੇਂ, ਠੀਕ ਨੇ ਹੁਣ? ਉਹ ਠੀਕ ਹੈ ਜੀ, ਠੀਕ ਹੈ। ਸੋ ਕਹਿਣ ਦਾ ਭਾਵ ਪੂਰੀ ਤਿਆਰੀ ਵਿੱਚ ਆਇਆ ਸੀ ਸ਼ੁਭਕਰਨ ਸਿੰਘ, ਤੁਸੀਂ ਦੇਖ ਸਕਦੇ ਹੋ। ਇਹ ਸ਼ੁਭਕਰਨ ਸਿੰਘ ਦੀ ਕਿੱਟ ਹੈ, ਇਹ ਇਸ ਦੇ ਵਿੱਚ ਜਿਹੜਾ ਉਸਦਾ ਸਮਾਨ ਹੈ ਕੱਪੜੇ ਨੇ, ਸੋ ਬਾਪੂ ਜੀ ਵੀ ਦਿਖਾ ਰਹੇ ਨੇ। ਬੇਹੱਦ ਮੰਦਭਾਗੀ ਤਸਵੀਰ ਆਪਾਂ ਕਹਿ ਸਕਦੇ, ਜਵਾਨ ਪੁੱਤ ਜਿਹੜਾ ਹੈਗਾ ਚਲਾ ਗਿਆ। ਇਹ ਕੱਪੜੇ ਰਹਿ ਗਏ ਜੀ ਉਹਦੇ ਮੋਰਚੇ ਦੇ ਵਿੱਚ ਇੱਥੇ ਜੀ, ਆਪੋ ਸ਼ਹੀਦ ਹੋ ਕੇ ਚਲਾ ਗਿਆ। ਖਨੌਰੀ ਬਾਰਡਰ ਤੇ ਕਿਸਾਨੀ ਅੰਦੋਲਨ 2 ਦੇ ਘੋਲ ਦੌਰਾਨ 21 ਸਾਲਾਂ ਦੇ ਨੌਜਵਾਨ ਸ਼ੁਭਕਰਨ ਸਿੰਘ ਜਿਹੜਾ ਹੈਗਾ ਸ਼ਹੀਦ ਹੋ ਜਾਂਦਾ ਹੈ। ਸੋ ਉੱਥੇ ਹੀ ਕਿਸਾਨ ਵੀਰਾਂ ਦੇ ਵਿੱਚ ਕਾਫੀ ਰੋਸ ਦੀ ਲਹਿਰ ਦੇਖਣ ਨੂੰ ਮਿਲੀ ਹੈ ਤੇ ਕਾਫੀ ਅਫਸੋਸ ਦਿੱਤਾ ਜਾ ਰਿਹਾ। ਮਾਹੌਲ ਵੀ ਜਿਹੜਾ ਬਾਰਡਰ ਦਾ ਹੈਗਾ ਉਹ ਗਮਗੀਨ ਪਾਇਆ ਜਾ ਰਿਹਾ। ਸੋ ਉੱਥੇ ਹੀ ਅਸੀਂ ਸ਼ੁਭਕਰਨ ਸਿੰਘ ਦੀ ਇਸ ਵਕਤ ਅਸੀਂ ਟਰਾਲੀ ਦੇ ਮੂਹਰੇ ਖੜੇ ਹਾਂ। ਇਹ ਸ਼ੁਭਕਰਨ ਸਿੰਘ ਦਾ ਟਰੈਕਟਰ ਹੈਗਾ, ਤੁਸੀਂ ਦੇਖ ਸਕਦੇ ਹੋ ਸਵਰਾਜ 735 FE। ਸੋ ਅੱਗੇ ਟਰਾਲੀ ਦੀ ਤਸਵੀਰਾਂ ਵੀ ਦਿਖਾਉਂਦੇ ਹਾਂ ਤੇ ਉਹਨਾਂ ਦੇ ਸਾਥੀ ਵੀ ਇੱਥੇ ਬੈਠੇ ਨੇ। ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦਾ ਸੁਭਾਅ ਸੀ ਇਸ ਨੌਜਵਾਨ ਦਾ। ਸੋ ਜਿਹੜੇ ਆਖਰੀ ਸਮੇਂ ਚ ਉਹਨਾਂ ਨਾਲ ਰਹੇ ਸੀਗੇ ਉਹਨਾਂ ਦੇ ਸਾਥੀ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਬੱਚੇ ਨੇ ਸ਼ਹਾਦਤ ਪਾਈ, 21 ਸਾਲਾਂ ਦਾ ਨੌਜਵਾਨ। ਹਾਂਜੀ, ਬਹੁਤ ਮਾੜਾ ਹੋਇਆ ਜੀ, ਬਹੁਤ ਮਾੜਾ ਹੋਇਆ ਸੀ ਵਿਚਾਰਾ। ਗਰੀਬ ਘਰ ਸੀ ਵਿਚਾਰਿਆਂ ਦਾ, ਬਹੁਤ ਮਾੜਾ ਹੋਇਆ ਜੀ। ਦੋ ਭੈਣਾਂ ਦਾ ਭਰਾ ਸੀਗਾ ਜੀ, ਛੋਟਾ ਜ਼ਿੰਮੇਦਾਰ ਸੀਗਾ ਜੀ, ਬਹੁਤ ਮਾੜਾ ਹੋਇਆ ਜੀ। ਹੁਣ ਤੁਸੀਂ ਇੱਥੇ ਉਹਨਾਂ ਦੀ ਟਰਾਲੀ ਦੀ ਰਾਖੀ ਕਰ ਰਹੇ ਹੋ ਉੱਥੇ? ਹਾਂਜੀ, ਉਹਨੂੰ ਰਾਖੀ ਕਰ ਰਹੇ ਹਾਂ ਜੀ, ਫਾਜ਼ਿਲਕਾ ਜ਼ਿਲ੍ਹਾ ਤੋਂ ਆਈਆਂ ਸੀ ਜੀ। ਜ਼ਿਲ੍ਹਾ ਫਾਜ਼ਿਲਕਾ? ਹਾਂਜੀ, ਠੀਕ ਹੈ ਠੀਕ ਹੈ। ਸੋ ਇੱਕ ਵਾਰੀ ਅਸੀਂ ਟਰਾਲੀ ਦੀ ਵੀ ਤਸਵੀਰ ਦਿਖਾ ਦਿੰਦੇ ਹਾਂ ਮੇਰੇ ਸਹਿਯੋਗੀਆਂ ਨੂੰ, ਮੈਂ ਕਹਾਂਗਾ। ਹਾਂਜੀ ਤੁਸੀਂ, ਹਾਂ ਵੀਰ ਜੀ ਕੀ ਕਹਿ ਰਹੇ ਹੋ ਤੁਸੀਂ? ਸੁਖਦੀਪ ਸਿੰਘ ਜੀ, ਰਾਮਪੁਰਾ ਪਿੰਡ, ਮੇਰਾ ਪਿੰਡ ਵੱਲੋ ਪਿੰਡ ਦੇ ਨਜ਼ਦੀਕ ਹੀ ਆ, ਮੇਰੇ ਨਾਨਕੇ ਪਿੰਡ ਆ ਜੀ ਵੱਲੋ। ਉਹ ਸ਼ੁਭਕਰਨ ਦੀ ਕਿੱਟ ਪਈ ਆ ਬਲੈਕ ਜੀ ਇਹ ਟਰਾਲੀ ਦੇ ਵਿੱਚ। ਦਿਖਾ ਦੋਗੇ ਸਾਨੂੰ, ਦਰਸ਼ਨ ਕਰਾ ਦੋਗੇ ਕਿੱਥੋਂ?
ਉਹ ਸ਼ੁਭਕਰਨ ਦੀ ਕਿੱਟ ਆ ਜੀ, ਸ਼ੁਭਕਰਨ ਆਇਆ ਸੀ ਹੋਰ ਨਾਲ ਓਹਦੇ ਦੋਸਤ ਵੀ ਆਏ ਸੀ ਨਾਲ, ਓਹਦੇ ਨਾਲ ਦੋਸਤ ਸੀ ਓਹਦੇ ਜੀ, ਉਹ ਕਿਵੇਂ ਠੀਕ ਨੇ ਹੁਣ? ਉਹ ਠੀਕ ਹੈ ਜੀ, ਠੀਕ ਹੈ। ਕਹਿੰਦਾ ਬਾ ਪੂਰੀ ਤਿਆਰੀ ਵਿਚ ਆਇਆ ਸੀ ਸ਼ੁਭਕਰਨ ਸਿੰਘ, ਤੁਸੀਂ ਦੇਖ ਸਕਦੇ ਹੋ ਇਹ ਸ਼ੁਭਕਰਨ ਸਿੰਘ ਦੀ ਕਿੱਟ ਹੈ ਇਹ, ਇਸ ਦੇ ਵਿਚ ਜਿਹੜਾ ਉਸਦਾ ਸਮਾਨ ਹੈ ਕੱਪੜੇ ਨੇ, ਸੋ ਬਾਪੂ ਜੀ ਵੀ ਦਿਖਾ ਰਹੇ ਨੇ, ਬੇਹਦ ਮੰਦਭਾਗੀ ਤਸਵੀਰ ਆਪਾਂ ਕਹਿ ਸਕਦੇ, ਜਵਾਨ ਪੁੱਤ ਜਿਹੜਾ ਹੈਗਾ ਚਲਾ ਗਿਆ ਸੀ, ਕੱਪੜੇ ਰਹਿ ਗਏ ਜੀ ਉਹਦੇ ਮੋਰਚੇ ਦੇ ਵਿਚ ਇੱਥੇ ਜੀ, ਆਪ ਉਹ ਸ਼ਹੀਦ ਹੋ ਕੇ ਚਲਾ ਗਿਆ। ਸੋ ਸ਼ੁਭਦੀਪ